लाड़ी ने नहीं फड़न दिता हाथ। ये वीडियो काफ़ी वायरल चल रही है 2-3 दिन तो। मुंडे नू किसी ने गलत नहीं किया, जिन्या भी वीडियो वायरल हुई तुसी वेख्या कि लड़की नू ही कुड़ी नू ही लड़की नू ही किया गया गलत। हुण कुड़ी दे घर वाले आए सामने ते उन्हां दे मुँह सुनो एक्चुअली सच्चाई की है। मतलब बहुत वधिया वेखा बखाई हुई सारा कुछ गुरद्वारे च, दोवां दी पसंद नाल दोवां दी रहि नाल वधिया मतलब रिश्ता हो गया जी। उस तों बाद जिहड़े विचोले सी उन्हां दा कहना इह सी वी इह दारू मीट शराब कुछ नहीं खांदे पींदे वैष्णू ने। हाँ जी, जदों रिश्ता तय हो गया कुछ टाइम निकलिया ते इन्हां दी कोई मंग आ गई कि सानू मोटरसाइकिल चाहिए ते उस तों बाद इन्हां ने कहा वी असीं सानू तुसीं 1,00,000 रुपया दे दिओ असीं मोटरसाइकिल बोली लै लांगे आपदे पैसे पा के विच। उस तों बाद फिर असीं चलो कहा वी चलो कोई गल नहीं असीं दे दांगे 1,00,000 रुपया। ਇਹ ਗੱਲ ਦਾ ਸਬੂਤ ਰਿਕਾਰਡ ਅਸੀਂ ਦਿਆਂਗੇ ਜੀ। ਫਿਰ ਅਸੀਂ ਜੀ ਇਹਨਾਂ ਨੂੰ ਮੈਂ ਖੁਦ ਆਪਣੇ ਮੂੰਹ ਇਹਨਾਂ ਨੂੰ ਨਾ ਕਰਤੀ ਸੀ ਵੀ ਅਸੀਂ ਇੱਕ ਰਿਸ਼ਤਾ ਨਹੀਂ ਕਰਨਾ। ਇਹ ਫਿਰ ਜੀ ਵਿੱਚ ਇਹਨਾਂ ਨੇ ਮਤਲਬ ਮਾਫ਼ੀ ਮੂਫ਼ੀ ਮੰਗ ਲਈ ਸਾਡੇ ਰਿਸ਼ਤੇਦਾਰਾਂ ਦੇ ਜਾ ਕੇ ਇਹਨਾਂ ਨੇ ਮੈਂ ਸਾਰਿਆਂ ਨੇ ਮੁੰਡੇ ਦੀ ਮਾਂ ਨੇ ਆਪ ਬਹੁਤ ਜ਼ਿਆਦੀਆਂ ਇਹਨਾਂ ਦੀਆਂ ਰਿਕਾਰਡਿੰਗਾਂ ਮੇਰੇ ਕੋਲ ਹੈਗੀਆਂ ਸਾਰੀਆਂ ਜੀ। ਉਦੋਂ ਬਾਅਦ ਫਿਰ ਕੁੜੀ ਦੀ ਮਾਂ ਮੁੰਡੇ ਦੀ ਮਾਂ ਨੇ ਕਹਿਤਾ ਵੀ ਮੈਨੂੰ ਪਹਿਲਾਂ ਕਹਿੰਦੀ ਵਾਲੀਆਂ ਚਾਹੀਦੀਆਂ ਨੇ ਫਿਰ ਕਹਿੰਦੀ ਕੰਨਾਂ ਨੂੰ ਝੁਮਕੇ ਚਾਹੀਦੇ ਨੇ ਇਹ ਵੀ ਤੁਹਾਨੂੰ ਅਸੀਂ ਰਿਕਾਰਡ ਦਿਆਂਗੇ ਜੀ। ਫਿਰ ਵੀ ਚਲੋ ਇਹਨਾਂ ਦੀ ਗੱਲ ਅਸੀਂ ਹਾਮੀ ਰੱਖੀ ਚਲੋ ਕੋਈ ਗੱਲ ਨੀ ਹੁਣ ਵਿਆਹ ਧਰਿਆ ਤੇ ਚਲੋ ਤੇ ਚਲੋ ਅਸੀਂ ਰਿਸ਼ਤੇਦਾਰਾਂ ਦੇ ਦਬਾਅ ਜਾਣ ਕੇ ਅਸੀਂ ਰਿਸ਼ਤਾ ਕਰਤਾ ਜੀ। ਜੋ ਪਹਿਲਾਂ ਗੱਲਬਾਤ ਹੋਈ ਸੀ ਕਿ ਵਿਆਹ ਵਿੱਚ ਕੋਈ ਮੀਟ ਸ਼ਰਾਬ ਨਹੀਂ ਹੋਏਗਾ ਅਤੇ ਦਾਰੂ ਦੀਆਂ ਬੋਤਲਾਂ ਉਸੇ ਗੱਡੀ ਦੇ ਵਿੱਚ ਕੁੜੀ ਨੂੰ ਸਮੈਲ ਆਉਣ ਕਰਕੇ ਉਸ ਨੇ ਹੱਥ ਨਹੀਂ ਫੜਿਆ ਅਤੇ ਇਸ ਦੇ ਕਰਕੇ ਹੋਈ ਵੱਡੀ ਚਰਚਾ ਵਾਇਰਲ ਹੋਈਆਂ ਵੀਡੀਓ ਅਤੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਇੱਕ ਕਮੈਂਟ ਆਪਣਾ ਜ਼ਰੂਰ ਦੇ ਦੇਣਾ। ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਰੱਬ ਰਾਖਾ।